ਸਤਿ ਸ਼੍ਰੀ ਅਕਾਲ, ਸਵਾਗਤ ਹੈ ਜੀ ਸਾਰਿਆਂ ਦਾ। ਬਹੁਤ ਹੀ ਖਾਸ ਲਾਈਵ ਹੈ ਜੀ ਇਹ, ਜਿਹੜੇ ਸਟੂਡੈਂਟਸ ਦੇਖ ਰਹੇ ਨੇ, ਕਿਉਂਕਿ ਅੱਜ ਦੇ ਸਾਡੇ ਐਕਸਪਰਟ ਲੈਂਡਮਾਰਕ ਇਮੀਗ੍ਰੇਸ਼ਨ ਦੇ ਚੀਫ ਜਸਮੀਤ ਜੀ ਕੈਨੇਡਾ ਦੇ ਟੂਰ ਤੇ ਨੇ, ਤੇ ਕੈਨੇਡਾ ਇਸ ਵਕਤ ਤੋਂ ਮੌਜੂਦ ਨੇ। ਕੈਨੇਡਾ ਤੋਂ ਬਹੁਤ ਵੱਡੀਆਂ ਤੇ ਪੋਜ਼ਿਟਿਵ ਖਬਰਾਂ ਆ ਰਹੀਆਂ ਨੇ। ਅੱਜ ਵੀ ਇੱਕ ਬਹੁਤ ਹੀ ਪੋਜ਼ਿਟਿਵ ਖਬਰ ਲੈ ਕੇ ਆਏ ਨੇ, ਜੌਬਸ ਦੇ ਰਿਲੇਟਿਡ ਨੇ। ਸੋ ਸੁਣ ਕੇ ਤੁਹਾਨੂੰ ਵਾਕਈ ਹੌਸਲਾ ਹੋਊਗਾ, ਬੜੀ ਖੁਸ਼ੀ ਹੋਊਗੀ। ਸੋ ਸਭ ਤੋਂ ਪਹਿਲਾਂ ਮੈਂ ਸਵਾਗਤ ਕਰਦਾ ਜਸਮੀਤ ਜੀ ਦਾ। ਸਵਾਗਤ ਹੈ ਜੀ। ਸਤਿ ਸ਼੍ਰੀ ਅਕਾਲ ਦੀਪਕ ਜੀ। ਸੋ ਜਸਮੀਤ ਜੀ, ਬਹੁਤ ਸਾਰੇ ਇਵੈਂਟਸ ਅਟੈਂਡ ਕੀਤੇ ਤੁਸੀਂ, ਕਾਲਜਿਸ ਨਾਲ ਮਿਲੇ, ਉੱਥੋਂ ਦਾ ਐਟਮੋਸਫੀਅਰ ਕੈਨੇਡਾ ਦਾ ਦੇਖਿਆ ਤੁਸੀਂ, ਅਫੀਸ਼ੀਅਲਸ ਨਾਲ ਵੀ ਮਿਲੇ, ਜੌਬਸ ਨੂੰ ਲੈ ਕੇ ਕੀ ਗੁੱਡ ਨਿਊਜ਼ ਹੈ? ਸੋ ਇੱਥੇ IRCC ਵੱਲੋਂ ਪ੍ਰੈਜੈਂਟੇਸ਼ਨ ਹੋਈ ਹੈ, ਜਿਹੜੇ ਕਾਨਫਰੰਸ 'ਚ ਅਸੀਂ ਆਏ ਹੋਏ ਹਾਂ। ਸੋ ਉਹਦੇ 'ਚ ਪਤਾ ਲੱਗਿਆ ਕਿ 10 ਲੱਖ ਜੌਬਸ ਦੀ ਘਾਟ ਹੋਏਗੀ ਕੈਨੇਡਾ ਦੇ ਆਉਣ ਵਾਲੇ 5-6 ਸਾਲਾਂ 'ਚ। ਸੋ ਬਹੁਤ ਪੋਜ਼ਿਟਿਵ ਹੈ ਕੈਨੇਡਾ ਸਰਕਾਰ ਔਰ IRCC ਜਾਂ ਸਾਰੇ ਹੀ ਸਟੂਡੈਂਟ ਵੀਜ਼ਾ ਨੂੰ ਲੈ ਕੇ, ਬਿਕੋਜ਼ ਮੋਸਟ ਆਫ ਦਾ ਜੋਬਸ ਕਮ ਫਰੋਮ ਸਟੂਡੈਂਟ ਵੀਜ਼ਾ, ਔਰ ਕੱਲ੍ਹ ਨੂੰ ਜਦੋਂ PR ਵੀ ਹੁੰਦੇ ਆ ਉਹੀ ਬੱਚੇ ਹੁੰਦੇ ਆ ਜਿਹੜੇ ਇੱਥੇ ਸਟੂਡੈਂਟ ਵੀਜ਼ਾ ਤੇ ਆਏ ਹੁੰਦੇ ਆ। ਜੀ, ਸੋ 10 ਲੱਖ ਜੌਬ ਆਪਣੇ ਆਪ ਦੇ ਵਿੱਚ ਇੱਕ ਬਹੁਤ ਵੱਡਾ ਨੰਬਰ ਮੰਨਿਆ ਜਾ ਸਕਦਾ ਜਸਮੀਤ ਜੀ। ਬਿਲਕੁਲ ਦੀਪਕ ਜੀ, ਦੇਖੋ ਜਿਹੜੇ ਹੁਣ ਜਿਵੇਂ ਇੱਥੇ ਸਟੂਡੈਂਟਸ ਆਉਂਦੇ ਆ ਆਪਣੇ ਇੰਡੀਆ ਤੋਂ, 2-2.25 ਲੱਖ ਬੱਚਾ ਸਾਲ ਦਾ ਕੈਨੇਡਾ ਆ ਰਿਹਾ। ਸੋ ਉਹੀ ਕੱਲ੍ਹ ਨੂੰ ਬੱਚੇ ਪੜ੍ਹ ਲਿਖ ਕੇ ਆਪਣੀ PR ਅਪਲਾਈ ਕਰਦੇ ਆ, ਉਹੀ ਕੱਲ੍ਹ ਨੂੰ ਪੜ੍ਹ ਲਿਖ ਕੇ ਕੀ ਕਹਿੰਦੇ ਇੱਥੇ ਸੈਟਲ ਹੁੰਦੇ ਆ, ਇੱਥੋਂ ਦੀ ਇਕਨੋਮੀ 'ਚ ਬੈਨੀਫਿਟ ਕਰਦੇ ਆ, ਇੱਥੇ ਕੰਮ ਕਰਦੇ ਆ। ਕਿਉਂਕਿ ਮੈਂ ਕਾਫੀ ਸਾਰੇ ਸਟੂਡੈਂਟਸ ਨੂੰ ਵੀ ਮਿਲਿਆ ਔਨ ਦਿਸ ਟ੍ਰਿਪ, ਐਂਡ ਕਾਫੀ ਬੱਚੇ ਇਦਾਂ ਦੇ ਵੀ ਹੈਗੇ ਆ ਜਿਹੜੇ ਪੜ੍ਹਾਈ 'ਚ ਵੀ ਬਹੁਤ ਅੱਛਾ ਕਰ ਰਹੇ ਆ ਔਰ ਪਾਰਟ ਟਾਈਮ ਜੌਬਸ 'ਚ ਵੀ ਬਹੁਤ ਅੱਛਾ ਕਰ ਰਹੇ ਆ। ਔਰ ਪਾਰਟ ਟਾਈਮ ਜੌਬਸ ਉਨੀਆਂ ਹੀ ਅਸੈਂਸ਼ਲ ਹੈਗੀਆਂ ਜਿੰਨੀ ਪੜ੍ਹਾਈ ਅਸੈਂਸ਼ਲ ਹੈਗੀ ਬੱਚਿਆਂ ਵਾਸਤੇ, ਕਿਉਂਕਿ ਨੈਕਸਟ ਈਅਰ ਦੀ ਫੀਸ ਬੱਚਿਆਂ ਨੇ ਆਪਣੇ ਕੋਲੋਂ ਹੀ ਦੇਣੀ ਹੈਗੀ ਹੈ। ਸੋ ਇਟ ਡਿਪੈਂਡਸ ਔਨ ਸਟੂਡੈਂਟਸ ਕਿ ਉਹ ਕਿੱਦਾਂ ਮੈਨੇਜ ਕਰਨਾ ਚਾਹੁੰਦੇ ਆ। ਬੜਾ ਅੱਛਾ ਲੱਗਿਆ ਕਿ ਕਾਫੀ ਬੱਚੇ ਇਦਾਂ ਦੇ ਸੀ, ਕਿਉਂਕਿ ਇੱਕ ਬੱਚਾ ਮੈਨੂੰ ਮਿਲਿਆ ਜਿਹੜਾ 90% ਮਾਰਕਸ ਵੀ ਲੈ ਰਿਹਾ ਸੀ ਔਰ ਪਾਰਟ ਟਾਈਮ ਜੌਬ ਵੀ ਕਰ ਰਿਹਾ ਸੀ, ਔਰ ਉਹਨੇ ਸੈਕਿੰਡ ਈਅਰ ਦੀ ਫੀਸ ਵੀ ਆਪੇ ਹੀ ਕੱਢੀ, ਆਪਣੇ ਪੇਰੈਂਟਸ ਤੇ ਕੋਈ ਪ੍ਰੈਸ਼ਰ ਨਹੀਂ ਬਣਾਇਆ। ਸੋ ਅੱਛਾ ਲੱਗਦਾ ਇਦਾਂ ਦੇ ਅੱਛੇ ਬੱਚੇ ਮਿਲ ਕੇ, ਔਰ ਇੱਕ ਸਟੂਡੈਂਟ ਹੋਰ ਮਿਲਿਆ ਜਿਹਨੇ ਬੈਚਲਰ ਡਿਗਰੀ ਕੀਤੀ ਇੱਥੇ ਔਰ ਉਹ ਕਿਸੇ IT ਕੰਪਨੀ 'ਚ ਬਹੁਤ ਅੱਛੇ ਸੈਲਰੀ ਪੈਕੇਜ ਜੌਬ ਕਰ ਰਿਹਾ ਸੀ। ਸੋ ਬਹੁਤ ਵਧੀਆ ਲੱਗਦਾ ਕਿ ਬੱਚੇ ਜਿਹੜੇ ਅੱਛਾ ਕਰ ਰਹੇ ਨੇ ਇੱਥੇ ਆ ਕੇ ਔਰ ਇੰਡੀਆ ਦਾ ਨਾਮ ਵੀ ਰੋਸ਼ਨ ਕਰ ਰਹੇ ਨੇ ਔਰ ਆਪਣੇ ਪੇਰੈਂਟਸ ਲਈ ਤਾਂ ਅੱਛਾ ਕਰ ਹੀ ਰਹੇ ਨੇ। ਤੋ ਜਸਮੀਤ ਜੀ, 10 ਲੱਖ ਜੌਬਸ ਤੁਸੀਂ ਕਹਿ ਰਹੇ ਹੋ ਪ੍ਰੈਜੈਂਟਲੀ ਆਉਣ ਵਾਲੇ 2-4 ਸਾਲ ਦੇ ਵਿੱਚ ਕੈਨੇਡਾ 'ਚ ਅਵੇਲੇਬਲ ਰਹਿਣਗੀਆਂ। ਸੋ ਪੰਜਾਬ ਤੋਂ ਜਿਹੜੇ ਸਟੂਡੈਂਟ ਜਾਣ ਵਾਲੇ ਨੇ ਹੁਣ ਨੈਕਸਟ ਉੱਥੇ ਪੜ੍ਹਨ ਵਾਸਤੇ, ਉਹਨਾਂ ਨੂੰ ਇਸ ਚੀਜ਼ ਨੂੰ ਕਿਸ ਤਰੀਕੇ ਨਾਲ ਦੇਖਣਾ ਚਾਹੀਦਾ? ਮੈਂ ਦੀਪਕ ਜੀ ਪੁਰਾਣੇ ਸ਼ੋਅ 'ਚ ਵੀ ਤੁਹਾਨੂੰ ਕਿਹਾ ਸੀ ਕਿ ਮੈਂ ਕਾਫੀ ਸਾਰੇ ਸ਼ਹਿਰ ਵਿਜ਼ਿਟ ਕੀਤੇ ਔਰ ਲੇਬਰ ਸ਼ਾਰਟੇਜ ਦੇ ਥਰੂ ਗੁਜ਼ਰ ਰਿਹਾ ਇਸ ਟਾਈਮ ਕੈਨੇਡਾ, ਔਰ ਜਿਹੜੇ ਸਟੂਡੈਂਟ ਇੱਥੇ ਪਹੁੰਚ ਰਹੇ ਉਹਨਾਂ ਕੋਲ ਇੱਕ ਨਹੀਂ, 2-2, 3-3 ਜੌਬ ਆਫਰਸ ਹੈਗੀਆਂ ਔਰ ਪਾਰਟ ਟਾਈਮ ਜੌਬ ਆਫਰਸ ਹੈਗੀਆਂ, ਐਂਡ ਦੇ ਆਰ ਗੈਟਿੰਗ ਅਪ ਟੂ $20 ਪਹਿਲ ਮਿਨੀਮਮ ਵੇਜ ਇਜ਼ $15 ਓਨਟਾਰੀਓ ਪ੍ਰੋਵਿੰਸ ਦੀ, ਐਂਡ ਦੇ ਆਰ ਗੈਟਿੰਗ ਅਪ ਟੂ $20। ਇਟ ਡਿਪੈਂਡਸ ਕਿ ਬੱਚਾ ਕਿੱਦਾਂ ਦਾ ਕੈਲੇਬਰ ਰੱਖਦਾ ਹੈ, ਕਿੰਨੀ ਮਿਹਨਤੀ ਹੈ, ਕਿੱਦਾਂ ਦੀਆਂ ਉਹਦੀਆਂ ਇੰਗਲਿਸ਼ ਸਕਿੱਲਸ ਹੈ। ਸੋ $20 ਤੱਕ ਘੰਟੇ ਦੇ ਮਿਲ ਰਹੇ ਨੇ ਇੱਥੇ ਪਾਰਟ ਟਾਈਮ ਜੌਬਸ 'ਚ ਵੀ। ਸੋ ਇਟ ਇਜ਼ ਰੀਅਲੀ ਗੁੱਡ ਟੂ ਸੀ ਕਿ ਸਾਡੇ ਬੱਚਿਆਂ ਨੂੰ ਬਹੁਤ ਵਧੀਆ ਬੈਨੀਫਿਟਸ ਮਿਲ ਰਹੇ ਹਨ ਔਰ ਬਹੁਤ ਅੱਛੀਆਂ ਜੌਬਸ ਮਿਲ ਰਹੀਆਂ। ਸੋ ਪਾਰਟ ਟਾਈਮ ਜੌਬਸ ਦੀ ਕਿਤੇ ਵੀ ਕਮੀ ਨਹੀਂ ਹੈਗੀ, ਡਿਪੈਂਡ ਬੱਚੇ ਤੇ ਹੀ ਕਰਦਾ ਹੈ ਕਿ ਉਹ ਕਿੱਥੇ ਆਉਣਾ ਚਾਹੁੰਦਾ ਔਰ ਕਿਹੜੀ ਪੜ੍ਹਾਈ ਕਰਨਾ ਚਾਹੁੰਦਾ। ਜਸਮੀਤ ਜੀ, ਤੁਸੀਂ ਜਿਵੇਂ ਦੱਸ ਰਹੇ ਹੋ 2-2, 3-3, 4-4 ਜੌਬਸ ਅਵੇਲੇਬਲ ਨੇ, ਪਲੈਂਟੀ ਆਫ ਜੌਬਸ ਆਰ ਅਵੇਲੇਬਲ, ਕਿੱਦਾਂ ਦੀਆਂ ਜੌਬਸ ਨੇ? ਜਦੋਂ ਬੱਚਾ ਇੱਥੇ ਆਉਂਦਾ ਹੈ ਦੇਖੋ, ਨਾਰਮਲੀ ਇੱਥੇ ਕਾਫੀ ਸ਼ਾਪ, ਰੈਸਟੋਰੈਂਟਸ, ਵਾਲਮਾਰਟ, ਯੂ ਨੋ, ਐਂਡ ਕਾਫੀ ਸਾਰੇ ਇੱਥੇ ਜਿਵੇਂ ਸ਼ੋਪਰਸ, ਡਰੱਗ ਮਾਰਟ, ਦਾ ਹੋਮ ਡਿਪੂ, ਔਰ ਕੀ ਕਹਿੰਦੇ ਆ ਹੋਰ ਵੀ ਵਿਨਰਸ, ਇਦਾਂ ਦੇ ਬਹੁਤ ਸਾਰੇ ਇੱਥੇ ਸਟੋਰਸ ਹੈਗੇ ਜਿਹੜੇ ਬਹੁਤ ਵੱਡੇ ਵੱਡੇ ਹੁੰਦੇ ਦੀਪਕ ਜੀ, ਤੇ ਉਹਨਾਂ ਵਿੱਚ ਲੇਬਰ ਸ਼ਾਰਟੇਜ ਰਹਿੰਦੀ ਵੀ ਹੈਗੀ ਆ। ਸੋ ਔਰ ਰੈਸਟੋਰੈਂਟਸ ਬਹੁਤ ਸਾਰੇ ਬੱਚੇ ਕੰਮ ਕਰਦੇ ਆ, ਕਾਫੀ ਸ਼ਾਪਸ 'ਚ ਸਾਰੇ ਇੰਡੀਅਨਸ ਹੈਗੇ ਆ, ਈਵਨ ਸਾਡੇ ਬੱਚੇ ਊਬਰ ਵੀ ਚਲਾਉਂਦੇ ਆ, ਊਬਰ ਈਟਸ ਦੇ ਕਹਿੰਦੇ ਉਹਦੇ 'ਚ ਵੀ ਕੰਮ ਕਰਦੇ ਆ, ਦੇ ਆਰ ਮੇਕਿੰਗ ਲੋਟ ਆਫ ਮਨੀ ਆਈ ਥਿੰਕ ਸੋ। ਔਰ ਜਿਹੜਾ ਕਿ ਬੜਾ ਅਸੈਂਸ਼ੀਅਲ ਹੈਗਾ ਬੱਚਿਆਂ ਵਾਸਤੇ, ਕਿਉਂਕਿ ਉਹਨਾਂ ਨੇ ਇੰਨੇ ਪੈਸੇ ਖਰਚੇ ਆ ਔਰ ਉਹਨਾਂ ਦੇ ਪੇਰੈਂਟਸ ਨੇ ਉਹਨੂੰ ਭੇਜਿਆ, ਤਾਂ ਉਹਨਾਂ ਦਾ ਬਹੁਤ ਅਸੈਂਸ਼ੀਅਲ ਹੈ ਇੱਥੇ ਕੰਮ ਕਰਨਾ। ਸੋ ਇਹ ਸਾਰਾ ਕੁਝ ਦੇਖ ਕੇ ਵਧੀਆ ਲੱਗਦਾ ਕਿ ਦੇ ਆਰ ਡੂਇੰਗ ਗੁੱਡ ਫਾਰ ਦੇ ਫੈਮਿਲੀਜ਼ ਐਂਡ ਦੇ ਆਰ ਡੂਇੰਗ ਗੁੱਡ ਫਾਰ ਦੈਮਸੈਲਫ। ਸੋ ਬਹੁਤ ਜੌਬਸ ਓਪਰਚੁਨਿਟੀਜ਼ ਹੈਗੀਆਂ ਅੱਜ ਦੀ ਡੇਟ 'ਚ, ਹੋਟਲਸ 'ਚ ਵੀ ਜੌਬ ਦੀ ਬਹੁਤ ਜ਼ਿਆਦਾ ਕੀ ਕਹਿੰਦੇ ਆ ਸ਼ੋਰਟੇਜ ਹੈਗੀ ਹੈ, ਕਿਉਂਕਿ ਜੇ ਤੁਸੀਂ ਕੋਈ ਚੀਜ਼ ਇੱਥੇ ਹੋਟਲ 'ਚ ਮੰਗ ਲਓ ਤਾਂ ਉਹ ਆਉਂਦੀ ਨਹੀਂ ਹੈਗੀ, ਬਿਕੋਜ਼ ਦੇਰ ਆਰ ਨੋ ਵਰਕਰਸ। ਈਵਨ ਮੈਂ ਤੁਹਾਨੂੰ ਦੱਸਿਆ ਕਿ ਕੈਨੇਡਾ ਏਅਰਪੋਰਟ 'ਤੇ ਵੀ ਸਾਨੂੰ ਫਲਾਈਟ ਤੋਂ ਉਤਰਨ ਲਈ ਵੀ 1 ਘੰਟਾ ਲੱਗ ਗਿਆ, ਬਿਕੋਜ਼ ਜਿਨ੍ਹਾਂ ਨੇ ਅਰੇਂਜ ਕਰਨਾ ਸੀ ਥੱਲੇ ਉਹਦੀ ਲੇਬਰ ਸ਼ਾਰਟੇਜ ਵੀ ਹੈਗੀ ਹੈ। ਸੋ ਦੇਅਰ ਇਜ਼ ਐਨ ਐਕਿਊਟ ਲੇਬਰ ਸ਼ਾਰਟੇਜ ਰਾਈਟ ਨਾਓ, ਐਂਡ ਐਂਪਲ ਜੌਬਸ ਆਰ ਅਵੇਲੇਬਲ, ਬੰਦਾ ਕੰਮ ਕਰਨ ਵਾਲਾ ਚਾਹੀਦਾ।
ਸੋ ਇੱਕ ਪੋਜ਼ਿਟਿਵ ਸਾਈਨ ਕਹਿ ਸਕਦੇ ਹਾਂ, ਲਾਸਟ ਨੋਟ, ਜਿਹੜੇ ਹਜੇ ਫਾਈਲ ਭਰ ਰਹੇ ਨੇ ਉਹ ਖੁਸ਼ ਹੋ ਸਕਦੇ ਨੇ ਕਿ ਉਹਨਾਂ ਦਾ ਅੱਗੇ ਦਾ ਸਫ਼ਰ ਈਜ਼ੀ ਰਹੇਗਾ। ਈਜ਼ੀ ਤਾਂ ਨਹੀਂ ਹੁੰਦਾ ਦੀਪਕ ਜੀ ਕਦੀ ਵੀ। ਹਾਂ, ਜੌਬਸ ਬਹੁਤ ਮਿਲਣਗੀਆਂ, ਪੈਸਾ ਬਹੁਤ ਕਮਾਓਗੇ, ਅਗਲੇ ਸਾਲ ਦੀ ਫੀਸ ਆਪੇ ਕੱਢ ਲਓਗੇ, ਸੋ ਇਹ ਜ਼ਰੂਰ ਹੈ। ਈਜ਼ੀ ਨਹੀਂ ਹੈ ਦੀਪਕ ਜੀ, ਪੜ੍ਹਾਈ ਦੇ ਨਾਲ ਜੌਬ ਕਰਨਾ, ਆਪਣੇ ਨਾਲ ਕੰਮ ਕਰਨਾ, ਇਟ ਇਜ਼ ਨਾਟ ਈਜ਼ੀ। ਬਹੁਤ ਜ਼ਿਆਦਾ ਡੈਡੀਕੇਸ਼ਨ ਚਾਹੀਦੀ ਹੈ, ਔਰ ਆਪਣੇ ਪੰਜਾਬੀ ਬੱਚਿਆਂ ਕੋਲੋਂ ਹੈਗੀ ਹੈ ਡੈਡੀਕੇਸ਼ਨ, ਸੋ ਇਟ ਇਜ਼ ਨਾਟ ਈਜ਼ੀ। ਬਟ ਯੈਸ, ਦੇ ਵਿਲ ਗੈਟ ਲੋਟ ਆਫ ਜੌਬਸ ਹੇਅਰ, ਦੇ ਵਿਲ ਗੈਟ ਸੈਟਲ ਆਲਸੋ, ਬਟ ਦੇ ਨੀਡ ਟੂ ਮੇਨਟੇਨ ਬੈਲੈਂਸ ਬਿਟਵੀਨ ਦੇਅਰ ਸਟੱਡੀਜ਼ ਐਂਡ ਵਰਕ, ਸੋ ਦੈਟ ਇਜ਼ ਫੋਰ ਸ਼ੋਰ। ਐਂਡ ਬਹੁਤ ਵਧੀਆ ਉਹਨਾਂ ਦੇ ਲਈ, ਕੀ ਕਹਿੰਦੇ ਹੈ, ਕੀ ਕਹਿੰਦੇ, ਇੱਥੇ ਸਫ਼ਰ ਰਹੇਗਾ ਜ਼ਰੂਰ। ਐਂਡ ਬੜਾ ਇੰਟਰਸਟਿੰਗ ਹੈ, ਕੈਨੇਡਾ 'ਚ ਬਹੁਤ ਵਧੀਆ ਕੰਟਰੀ ਹੈ, ਐਂਡ ਜ਼ਰੂਰ ਸਟੂਡੈਂਟਸ ਨੂੰ ਕਹੋ ਕਿ ਜ਼ਰੂਰ ਅੱਛੀ ਪੜ੍ਹਾਈ ਕਰਕੇ ਆਉਣ, ਔਰ ਅੱਛੇ ਤਰੀਕੇ ਇੱਥੇ ਰੂਲਸ ਐਂਡ ਰੈਗੂਲੇਸ਼ਨ ਨਾਲ ਸੈਟਲ ਹੋਣ। ਸੋ ਸਟੂਡੈਂਟਸ, ਮੈਂ ਤੁਹਾਨੂੰ ਜ਼ਰੂਰ ਐਂਡ ਤੇ ਇੱਕ ਅਪੀਲ ਕਰਨਾ ਚਾਹੂੰਗਾ ਕਿ ਜਸਮੀਤ ਜੀ ਦਾ ਇਹ ਟੂਰ ਹੈ ਜਿਹੜਾ, ਇਨ ਡੈਪਥ ਵਿਊ ਤੁਹਾਨੂੰ ਬਹੁਤ ਡਿਟੇਲ ਦੇ ਵਿੱਚ ਬਰੀਕੀ ਨਾਲ ਇਹੋ ਜਿਹੀਆਂ ਗੱਲਾਂ ਦੱਸਣਗੇ ਜਿਹੜੀਆਂ ਅਦਰਵਾਈਜ਼ ਕਿਸੇ ਸ਼ੋਅ ਦੇ ਵਿੱਚ ਪੋਸੀਬਲ ਨਹੀਂ ਹੋ ਸਕਦੀਆਂ। ਜਸਮੀਤ ਜੀ ਉੱਥੇ ਬਹੁਤ ਸਾਰੇ ਐਜੂਕੇਸ਼ਨ ਨਾਲ ਜੁੜੇ ਸੈਮੀਨਾਰ ਵੀ ਅਟੈਂਡ ਕਰ ਰਹੇ ਨੇ ਜਿੱਥੇ ਸਾਰੇ ਪ੍ਰੋਮੀਨੈਂਟ ਇੰਸਟੀਟਿਊਟ ਆਏ ਹੋਏ ਨੇ, ਕਾਲਜਿਸ ਆਏ ਹੋਏ ਨੇ। ਸੋ ਬਹੁਤ ਸਾਰੀਆਂ ਅੰਦਰ ਦੀਆਂ ਗੱਲਾਂ ਵੀ ਤੁਹਾਨੂੰ ਇਹ ਸ਼ੋਜ਼ ਦੀ ਸੀਰੀਜ਼ ਦੇ ਵਿੱਚ ਸੁਣਨ ਨੂੰ ਮਿਲਣਗੀਆਂ ਜਦੋਂ ਤੱਕ ਜਸਮੀਤ ਜੀ ਦਾ ਇਹ ਟੂਰ ਚੱਲ ਰਿਹਾ। ਸੋ ਮੈਂ ਰਿਕੁਐਸਟ ਕਰੂੰਗਾ ਕਿ ਨਾ ਸਿਰਫ ਤੁਸੀਂ E9 ਦੇ ਇਸ ਚੈਨਲ ਨੂੰ ਸਬਸਕ੍ਰਾਈਬ ਕਰਕੇ ਰੱਖੋ, ਬਲਕਿ ਆਪਣੇ ਕਜ਼ਨਸ ਨੂੰ, ਆਪਣੇ ਬ੍ਰਦਰਸ ਨੂੰ ਜਿਨ੍ਹਾਂ ਨੇ ਜਾਣਾ ਉਹਨਾਂ ਨਾਲ ਵੀ ਜ਼ਰੂਰ ਸ਼ੇਅਰ ਕਰੋ ਤਾਂ ਕਿ ਇਹ ਲੇਟੈਸਟ ਇਨਫੋਰਮੇਸ਼ਨ, ਇਹ ਗੁੱਡ ਨਿਊਜ਼, ਇਹ ਇਨ ਡੈਪਥ ਵਿਊਜ਼ ਉਹਨਾਂ ਤੱਕ ਵੀ ਪਹੁੰਚ ਸਕਣ। ਬਹੁਤ ਬਹੁਤ ਧੰਨਵਾਦ। ਥੈਂਕ ਯੂ ਸੋ ਮਚ।